ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ ਚ, ਇੱਥੇ ਘਰ ਘਰ ਚ ਭਾਨਾ ਸਿੱਧੂ ਪੈਦਾ ਹੋ ਗਿਆ। ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਟੀਮ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣੇ ਤੋਂ ਪਾਨੇ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ, ਤੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਆ ਕੋਈ ਤਗੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਪਾਨੇ ਵੀਰ ਨੂੰ ਅੱਜ ਹੀ ਰਿਹਾ ਕਰਕੇ ਆਪਣੇ ਪਿੰਡ ਲੈ ਕੇ ਆਈਏ ਕੋਟ ਦੁੰਦਾ। ਚਾਹੇ ਉਹ ਫੈਸਲਾ ਰੋਡ ਜਾਮ ਦਾ ਹੋਵੇ, ਚਾਹੇ ਕਿਤੇ ਘਰਾਬ ਦਾ ਹੋਵੇ, ਜਦੋਂ ਤੱਕ ਇਹਨਾਂ ਦੇ ਅਸੀਂ ਨੱਕ ਚ ਦਮ ਨਹੀਂ ਕਰਾਂਗੇ। ਇਹਨਾਂ ਨੇ ਕਦੇ ਵੀ ਪਾਨੇ ਵੀਰ ਨੂੰ ਨਹੀਂ ਛੱਡਣਾ ਤੇ ਬੇਨਤੀ ਕਰਦੇ ਆ ਤੇ ਹਰਿਆਣਾ ਤੁਹਾਡੇ ਨਾਲ ਖੜਿਆ ਆ। ਹਰਿਆਣੇ ਨੇ ਹਮੇਸ਼ਾ ਫਰਜ਼ ਨਿਭਾਏ ਨੇ, ਜਦੋਂ ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ। ਚਾਹੇ ਭਾਈ ਸਾਹਿਬ ਨਾਲ ਅੰਮ੍ਰਿਤਪਾਲ ਨਾਲ ਧੱਕਾ ਹੋਇਆ, ਅਸੀਂ ਹਰਿਆਣੇ ਸੰਪੂ ਟੋਲ ਟੈਕਸ ਤੇ ਰੋਡ ਜਾਮ ਕੀਤਾ, 15 ਦਿਨ ਪਟਿਆਲਾ ਜੇਲ੍ਹ ਕੱਟ ਗਿਆ ਏ। ਚਾਹੇ ਲੱਖੇ ਬਾਈ ਨਾਲ ਕਦੇ ਧੱਕਾ ਹੋਇਆ, ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅੱਜ ਫੇਰ ਪਾਨੇ ਸਿੱਧੂ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਨੂੰ, ਇਹ ਪੰਜਾਬ ਆ ਪੰਜਾਬ, ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਕੱਖ ਨੀ ਰਿਹਾ ਉਹਦਾ। ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ, ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ ਚ, ਇੱਥੇ ਘਰ ਘਰ ਚ ਭਾਨਾ ਸਿੱਧੂ ਪੈਦਾ ਹੋ ਗਿਆ। ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਹੱਕਾਂ ਪਿੱਛੇ ਲੜੋ, ਠੀਕ ਆ। ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗ ਗਿਆ ਸਰਕਾਰਾਂ ਦੇ, ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਗੇਰਤਾ, ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਜਦੋਂ ਆਵਾਜ਼ ਚੱਕਦੇ ਨੇ, ਤੇ ਹੁਣ ਭਾਨੇ ਸਿੱਧੂ ਨੂੰ ਸਾਨੂੰ ਲੜਨਾ ਪੈਣਾ ਆ, ਸਾਨੂੰ ਆਪਣੇ ਹੱਕਾਂ ਪਿੱਛੇ ਲੜਨਾ ਪੈਣਾ ਆ। ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਆਮ ਆਦਮੀ ਪਾਰਟੀ ਵਾਲਿਆਂ ਦਾ। ਜਦੋਂ ਪੰਜਾਬ 'ਚ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਸੀ, ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਇਹਨਾਂ 'ਚ ਸ਼ਾਮਿਲ ਹੋਏ, ਵੀ ਪਤਾ ਨਹੀਂ ਕਿੱਡੀ ਕੁ ਵੱਡੀ ਪਾਰਟੀ ਆਈ ਹੈ, ਕਿੱਡੀ ਕੁ ਵੱਡੀ। ਪਰ 2 ਸਾਲਾਂ 'ਚ ਨਾ ਇਹਨਾਂ ਨੇ ਰੰਗ ਦਿਖਾਤੇ ਵੀ ਇਹ ਬੀਜੇਪੀ ਦੀ ਬੀ ਟੀਮ ਆ, ਬੀ ਟੀਮ। ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ, ਇਹ ਕੋਈ ਬਦਲਾਅ ਵਾਲੇ ਨਹੀਂ ਹੈਗੇ, ਤਾਂ ਬਦਲੇ ਵਾਲੇ ਨੇ, ਬਦਲੇ ਲੈਂਦੇ ਨੇ ਸਾਡੇ ਤੋਂ ਜਿਹੜੇ ਅੱਖਾਂ ਪਿੱਛੇ ਬੋਲਦੇ ਨੇ। ਤੇ ਦਿਖਾਵਾਂਗੇ ਭਗਵੰਤ ਮਾਨ ਨੂੰ, ਜਦੋਂ ਹਰਿਆਣੇ ਜਾਊਗਾ ਨਾ ਕੋਈ ਰੈਲੀ ਕਰੀ ਕਦੇ ਅੰਬਾਲੇ ਵੱਲ ਨੂੰ, ਤੈਨੂੰ ਦਿਖਾਵਾਂਗੇ। ਖੱਟਰ ਵੀ ਆਇਆ ਸੀ, ਸਾਰੀ ਗੱਡੀ ਭੰਡ ਕੇ ਭੇਜਿਆ ਸੀਗਾ, ਤੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵੱਲ ਨੂੰ ਮੂੰਹ। ਤੇ ਇੱਕ ਛੋਟੀ ਜੀ ਬੇਨਤੀ ਹੋਰ ਆ 13 ਫਰਵਰੀ ਵਾਲੀ, ਸਾਰਾ ਹਰਿਆਣਾ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਦਿੱਲੀ ਵੱਲ ਨੂੰ ਕੂਚ ਕਰਾਊਗਾ ਆਪਣੀ MSP ਲਈ, ਆਪਣੀ ਕਰਜ਼ਾ ਮੁਕਤੀ ਲਈ। ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਪਰ ਚੜ ਕੇ 13 ਤਰੀਕ ਨੂੰ ਟਰਾਲੀ ਟਰੈਕਟਰ ਲੈ ਕੇ ਦੁਬਾਰਾ ਦਿੱਲੀ ਨੂੰ ਫਤਿਹ ਕਰਾਂਗੇ, ਤੇ ਆਪਣੀ MSP ਪਿੱਛੇ, ਆਪਣੇ ਕਰਜ਼ੇ ਮੁਕਤੀ ਪਿੱਛੇ ਇਸ ਜੰਗ ਨੂੰ ਵੀ ਫਤਿਹ ਕਰਾਂਗੇ। ਬਾਕੀ ਕੋਈ ਗਲਤੀ ਸਲਤੀ ਉਸ ਪਿੱਛੇ ਹੱਥ ਜੋੜ ਕੇ ਮਾਫੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪੰਜਾਬ ਆ ਪੰਜਾਬ, ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਕੱਖ ਨੀ ਰਿਹਾ ਉਹਦਾ। ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ, ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ ਚ, ਇੱਥੇ ਘਰ ਘਰ ਚ ਭਾਨਾ ਸਿੱਧੂ ਪੈਦਾ ਹੋ ਗਿਆ। ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਟੀਮ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣੇ ਤੋਂ ਪਾਨੇ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ, ਤੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਆ ਕੋਈ ਤਗੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਪਾਨੇ ਵੀਰ ਨੂੰ ਅੱਜ ਹੀ ਰਿਹਾ ਕਰਕੇ ਆਪਣੇ ਪਿੰਡ ਲੈ ਕੇ ਆਈਏ ਕੋਟ ਦੁੰਦਾ। ਚਾਹੇ ਉਹ ਫੈਸਲਾ ਰੋਡ ਜਾਮ ਦਾ ਹੋਵੇ, ਚਾਹੇ ਕਿਤੇ ਘਰਾਬ ਦਾ ਹੋਵੇ, ਜਦੋਂ ਤੱਕ ਇਹਨਾਂ ਦੇ ਅਸੀਂ ਨੱਕ ਚ ਦਮ ਨਹੀਂ ਕਰਾਂਗੇ। ਇਹਨਾਂ ਨੇ ਕਦੇ ਵੀ ਪਾਨੇ ਵੀਰ ਨੂੰ ਨਹੀਂ ਛੱਡਣਾ
ਤੇ ਬੇਨਤੀ ਕਰਦੇ ਆ ਤੇ ਹਰਿਆਣਾ ਤੁਹਾਡੇ ਨਾਲ ਖੜਿਆ ਆ। ਹਰਿਆਣੇ ਨੇ ਹਮੇਸ਼ਾ ਫਰਜ਼ ਨਿਭਾਏ ਨੇ। ਜਦੋਂ ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ, ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ। ਚਾਹੇ ਭਾਈ ਸਾਹਿਬ ਨਾਲ, ਅੰਮ੍ਰਿਤਪਾਲ ਨਾਲ ਧੱਕਾ ਹੋਇਆ, ਅਸੀਂ ਹਰਿਆਣੇ ਸੰਭੂ ਟੋਲ ਟੈਕਸ ਤੇ ਰੋਡ ਜਾਮ ਕੀਤਾ, 15 ਦਿਨ ਪਟਿਆਲਾ ਜੇਲ੍ਹ ਕੱਟ ਗਿਆ ਏ। ਚਾਹੇ ਲੱਖੇ ਬਾਈ ਨਾਲ ਕਦੇ ਧੱਕਾ ਹੋਇਆ, ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਤੇ ਅੱਜ ਫੇਰ ਪਾਨੇ ਸਿੱਧੂ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਨੂੰ, ਇਹ ਪੰਜਾਬ ਆ ਪੰਜਾਬ, ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ, ਕੱਖ ਨੀ ਰਿਹਾ ਉਹਦਾ। ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ, ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ 'ਚ, ਇੱਥੇ ਘਰ ਘਰ 'ਚ ਭਾਨਾ ਸਿੱਧੂ ਪੈਦਾ ਹੋ ਗਿਆ। ਤੇ ਬੇਨਤੀ ਕਰਦੇ ਆ ਸਾਰਿਆਂ ਨੂੰ, ਆਪਣੇ ਹੱਕਾਂ ਪਿੱਛੇ ਲੜੋ, ਠੀਕ ਆ। ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗ ਗਿਆ ਸਰਕਾਰਾਂ ਦੇ, ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਗੇਰਤਾ, ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਜਦੋਂ ਆਵਾਜ਼ ਚੱਕਦੇ ਨੇ, ਤੇ ਹੁਣ ਭਾਨੇ ਸਿੱਧੂ ਨੂੰ ਸਾਨੂੰ ਲੜਨਾ ਪੈਣਾ ਆ, ਸਾਨੂੰ ਆਪਣੇ ਹੱਕਾਂ ਪਿੱਛੇ ਲੜਨਾ ਪੈਣਾ ਆ। ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਆਮ ਆਦਮੀ ਪਾਰਟੀ ਵਾਲਿਆਂ ਦਾ। ਜਦੋਂ ਪੰਜਾਬ 'ਚ ਸਰਕਾਰ ਬਣੀ ਸੀ, ਆਮ ਆਦਮੀ ਪਾਰਟੀ ਸੀ, ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਇਹਨਾਂ 'ਚ ਸ਼ਾਮਿਲ ਹੋਏ, ਵੀ ਪਤਾ ਨੀ ਕਿੱਡੀ ਕੁ ਵੱਡੀ ਪਾਰਟੀ ਆਈ ਹੈ, ਕਿੱਡੀ ਕੁ ਵੱਡੀ। ਪਰ 2 ਸਾਲਾਂ 'ਚ ਨਾ ਇਹਨਾਂ ਨੇ ਰੰਗ ਦਿਖਾਤੇ ਵੀ ਇਹ ਬੀਜੇਪੀ ਦੀ ਬੀ ਟੀਮ ਆ, ਬੀ ਟੀਮ। ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ, ਇਹ ਕੋਈ ਬਦਲਾਅ ਵਾਲੇ ਨਹੀਂ ਹੈਗੇ, ਤਾਂ ਬਦਲੇ ਵਾਲੇ ਨੇ, ਬਦਲੇ ਲੈਂਦੇ ਨੇ ਸਾਡੇ ਤੋਂ ਜਿਹੜੇ ਹੱਕਾਂ ਪਿੱਛੇ ਬੋਲਦੇ ਨੇ। ਤੇ ਦਿਖਾਵਾਂਗੇ ਭਗਵੰਤ ਮਾਨ ਨੂੰ, ਜਦੋਂ ਹਰਿਆਣੇ ਚ ਆਊਗਾ ਨਾ, ਕੋਈ ਰੈਲੀ ਕਰੀ ਕਦੇ ਅੰਬਾਲੇ ਵੱਲ ਨੂੰ, ਤੈਨੂੰ ਦਿਖਾਵਾਂਗੇ। ਖੱਟਰ ਵੀ ਆਇਆ ਸੀ, ਸਾਰੀ ਗੱਡੀ ਭੰਡ ਕੇ ਭੇਜਿਆ ਸੀਗਾ, ਤੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵੱਲ ਨੂੰ ਮੂੰਹ। ਤੇ ਇੱਕ ਛੋਟੀ ਜੀ ਬੇਨਤੀ ਹੋਰ ਆ, 13 ਫਰਵਰੀ ਵਾਲੀ ਸਾਰਾ ਹਰਿਆਣਾ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਦਿੱਲੀ ਵੱਲ ਨੂੰ ਕੂਚ ਕਰਾਊਗਾ, ਆਪਣੀ MSP ਲਈ, ਆਪਣੀ ਕਰਜ਼ਾ ਮੁਕਤੀ ਲਈ। ਤੇ ਸਾਰਿਆਂ ਨੂੰ ਬੇਨਤੀ ਕਰਦੇ ਆ, ਪਰ ਚੜ ਕੇ 13 ਤਰੀਕ ਨੂੰ ਟਰਾਲੀਆਂ ਟਰੈਕਟਰ ਲੈ ਕੇ ਦੁਬਾਰਾ ਦਿੱਲੀ ਨੂੰ ਫਤਿਹ ਕਰਾਂਗੇ, ਤੇ ਆਪਣੀ MSP ਪਿੱਛੇ, ਆਪਣੇ ਕਰਜ਼ੇ ਮੁਕਤੀ ਪਿੱਛੇ, ਇਸ ਜੰਗ ਨੂੰ ਵੀ ਫਤਿਹ ਕਰਾਂਗੇ। ਬਾਕੀ ਕੋਈ ਗਲਤੀ ਸਲਤੀ ਉਸ ਪਿੱਛੇ ਹੱਥ ਜੋੜ ਕੇ ਮਾਫੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਆ ਪੰਜਾਬ, ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ, ਕੱਖ ਨੀ ਰਿਹਾ ਉਹਦਾ। ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ, ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ 'ਚ, ਇੱਥੇ ਘਰ ਘਰ 'ਚ ਭਾਨਾ ਸਿੱਧੂ ਪੈਦਾ ਹੋ ਗਿਆ। ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਟੀਮ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣੇ ਤੋਂ ਭਾਨੇ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ, ਤੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਆ ਕੋਈ ਤਗੜਾ ਫੈਸਲਾ ਲਿੱਤਾ ਜਾਵੇ, ਤੇ ਅੱਜ ਭਾਨੇ ਵੀਰ ਨੂੰ ਅੱਜ ਹੀ ਰਿਹਾ ਕਰਕੇ ਆਪਣੇ ਪਿੰਡ ਲੈ ਕੇ ਆਈਏ ਕੋਟਗੁੰਡਾ। ਚਾਹੇ ਉਹ ਫੈਸਲਾ ਰੋਡ ਜਾਮ ਦਾ ਹੋਵੇ, ਚਾਹੇ ਕਿਤੇ ਘਰਾਬ ਦਾ ਹੋਵੇ, ਜਦੋਂ ਤੱਕ ਇਹਨਾਂ ਦੇ ਅਸੀਂ ਨੱਕ 'ਚ ਦਮ ਨਹੀਂ ਕਰਾਂਗੇ, ਇਹਨਾਂ ਨੇ ਕਦੇ ਵੀ ਭਾਨੇ ਵੀਰ ਨੂੰ ਨਹੀਂ ਛੱਡਣਾ। ਤੇ ਬੇਨਤੀ ਕਰਦੇ ਆ ਤੇ ਹਰਿਆਣਾ ਤੁਹਾਡੇ ਨਾਲ ਖੜਿਆ ਆ, ਹਰਿਆਣੇ ਨੇ ਹਮੇਸ਼ਾ ਫਰਜ਼ ਨਿਭਾਏ ਨੇ। ਜਦੋਂ ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ, ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ। ਚਾਹੇ ਭਾਈ ਸਾਹਿਬ ਨਾਲ, ਅੰਮ੍ਰਿਤਪਾਲ ਨਾਲ ਧੱਕਾ ਹੋਇਆ, ਅਸੀਂ ਹਰਿਆਣੇ ਸੰਭੂ ਟੋਲ ਟੈਕਸ ਤੇ ਰੋਡ ਜਾਮ ਕੀਤਾ, 15 ਦਿਨ ਪਟਿਆਲਾ ਜੇਲ੍ਹ ਕੱਟ ਗਿਆ ਏ। ਚਾਹੇ ਲੱਖੇ ਬਾਈ ਨਾਲ ਕਦੇ ਧੱਕਾ ਹੋਇਆ, ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਤੇ ਅੱਜ ਫੇਰ ਭਾਨੇ ਸਿੱਧੂ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਤੇ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਨੂੰ, ਇਹ ਪੰਜਾਬ ਆ ਪੰਜਾਬ, ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ, ਕੱਖ ਨੀ ਰਿਹਾ ਉਹਦਾ। ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ, ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ 'ਚ, ਇੱਥੇ ਘਰ ਘਰ 'ਚ ਭਾਨਾ ਸਿੱਧੂ ਪੈਦਾ ਹੋ ਗਿਆ।
ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਹੱਕਾਂ ਪਿੱਛੇ ਲੜੋ। ਠੀਕ ਆ, ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗ ਗਿਆ ਸਰਕਾਰਾਂ ਦੇ, ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਗੇਰਤਾ, ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਜਦੋਂ ਆਵਾਜ਼ ਚੱਕਦੇ ਨੇ, ਤੇ ਹੁਣ ਭਾਨੇ ਸਿੱਧੂ ਨੂੰ ਸਾਨੂੰ ਲੜਨਾ ਪੈਣਾ ਆ, ਸਾਨੂੰ ਆਪਣੇ ਹੱਕਾਂ ਪਿੱਛੇ ਲੜਨਾ ਪੈਣਾ ਆ। ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਆਮ ਆਦਮੀ ਪਾਰਟੀ ਵਾਲਿਆਂ ਦਾ। ਜਦੋਂ ਪੰਜਾਬ 'ਚ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਸੀ, ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਇਹਨਾਂ 'ਚ ਸ਼ਾਮਿਲ ਹੋਏ ਵੀ ਪਤਾ ਨੀ ਕਿੱਡੀ ਕੁ ਵੱਡੀ ਪਾਰਟੀ ਆਈ ਹੈ, ਕਿੱਡੀ ਕੁ ਵੱਡੀ। ਪਰ 2 ਸਾਲਾਂ 'ਚ ਨਾ ਇਹਨਾਂ ਨੇ ਰੰਗ ਦਿਖਾਤੇ ਵੀ ਇਹ ਬੀਜੇਪੀ ਦੀ ਬੀ ਟੀਮ ਆ, ਬੀ ਟੀਮ। ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ, ਇਹ ਕੋਈ ਬਦਲਾਅ ਵਾਲੇ ਨਹੀਂ ਹੈਗੇ, ਤਾਂ ਬਦਲੇ ਵਾਲੇ ਨੇ, ਬਦਲੇ ਲੈਂਦੇ ਨੇ ਸਾਡੇ ਤੋਂ ਜਿਹੜੇ ਹੱਕਾਂ ਪਿੱਛੇ ਬੋਲਦੇ ਨੇ। ਤੇ ਦਿਖਾਵਾਂਗੇ ਭਗਵੰਤ ਮਾਨ ਨੂੰ ਜਦੋਂ ਹਰਿਆਣੇ ਜਾਊਗਾ ਨਾ, ਕੋਈ ਰੈਲੀ ਕਰੀ ਕਦੇ ਅੰਬਾਲੇ ਵੱਲ ਨੂੰ, ਤੈਨੂੰ ਦਿਖਾਵਾਂਗੇ। ਖੱਟਰ ਵੀ ਆਇਆ ਸੀ, ਸਾਰੀ ਗੱਡੀ ਭੰਡ ਕੇ ਭੇਜਿਆ ਸੀਗਾ, ਤੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵੱਲ ਨੂੰ ਮੂੰਹ। ਤੇ ਇੱਕ ਛੋਟੀ ਜੀ ਬੇਨਤੀ ਹੋਰ ਆ 13 ਫਰਵਰੀ ਵਾਲੀ, ਸਾਰਾ ਹਰਿਆਣਾ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਦਿੱਲੀ ਵੱਲ ਨੂੰ ਕੂਚ ਕਰਾਊਗਾ ਆਪਣੀ MSP ਲਈ, ਆਪਣੀ ਕਰਜ਼ਾ ਮੁਕਤੀ ਲਈ। ਤੇ ਸਾਰਿਆਂ ਨੂੰ ਬੇਨਤੀ ਕਰਦੇ ਆ, ਪਰ ਚੜ ਕੇ 13 ਤਰੀਕ ਨੂੰ ਟਰਾਲੀ ਆ ਟਰੈਕਟਰ ਲੈ ਕੇ ਦੁਬਾਰਾ ਦਿੱਲੀ ਨੂੰ ਫਤਿਹ ਕਰਾਂਗੇ, ਤੇ ਆਪਣੀ MSP ਪਿੱਛੇ, ਆਪਣੇ ਕਰਜ਼ੇ ਮੁਕਤੀ ਪਿੱਛੇ, ਇਸ ਜੰਗ ਨੂੰ ਵੀ ਫਤਿਹ ਕਰਾਂਗੇ। ਬਾਕੀ ਕੋਈ ਗਲਤੀ ਸਲਤੀ ਉਸ ਪਿੱਛੇ ਹੱਥ ਜੋੜ ਕੇ ਮਾਫੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।